ਸ੍ਰੀਕਾਲ ਤੁਸੀਂ ਦੇਖ ਰਹੇ ਹੋ ਐਨਜ਼ੈਡ ਪੰਜਾਬੀ ਨਿਊਜ਼ ਤੇ ਮੈਂ ਹਰਸਿਮਰਨ ਕੌਰ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਸਾਡੀ ਖਾਸ ਰਿਪੋਰਟ ਅੱਜ ਦੇ ਦਿਨ ਯਾਨੀ 10 ਅਗਸਤ 1986 ਠੀਕ 35 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਫੌਜਾਂ ਚੜਾਉਣ ਵਾਲੇ ਜਨਰਲ ਏਐਸ ਵੈਦਿਆ ਨੂੰ ਆਪਣੀ ਕਰਨੀ ਦੀ ਸਜ਼ਾ ਦਿੱਤੀ ਗਈ ਸੀ ਅੱਜ ਅਸੀਂ ਤੁਹਾਨੂੰ 20ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਗੌਰਵਮਈ ਸਥਾਨ ਹਾਸਲ ਕਰਨ ਵਾਲੇ ਕੌਮ ਦੇ ਦੋ ਕੇਸਰੀ ਫੁੱਲਾਂ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਂ ਦੱਸਾਂਗੇ ਜਿਨ੍ਹਾਂ ਨੇ ਜਨਰਲ ਏਐਸ ਵੈਦਿਆ ਨੂੰ ਆਪਣੀ ਕਰਨੀ ਦੀ ਸਜ਼ਾ ਅੱਜ ਦੇ ਦਿਨ ਦਿੱਤੀ ਸੀ सिख इतिहास विच अनेकां सूरमियां नूं उत्तम शहीदां दा दर्जा प्राप्त है जिन्हां ने स्वार्थी बिरती तहत सिख धर्म दी वखरी होंद नूं मनन तो इनकारी हो चुके आत्मिक तौर ते कमजोर हाकमां नाल लड़दियां कलगियां वाले दे चरणां विच अपना सीस भेट कीता सिख इतिहास अजिहे सूरमियां दे माणमत्ते कारनामियां नाल भरिया पिया है जो अपने सिरां ते शहीदियां दे गाने सजा के सारे इतिहास दे जोर नूं अपनी सूरत नाल इकमिक करके लड़े अते शहादतां दा जाम पीता सिख इतिहास दे चमके सितारियां विचों ही जनरल वैद्या नूं सोधण वाले भाई हरजिंदर सिंह जिंदा अते भाई सुखदेव सिंह सुखा दा नां वी शुमार है ਇਹਨਾਂ ਦੋਹਾਂ ਸੂਰਬੀਰ ਯੋਧਿਆਂ ਨੇ ਪੰਥ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲਿਆ ਪੰਜਾਬ ਤੋਂ ਸੈਂਕੜੇ ਮੀਲ ਦੂਰ ਜਾ ਕੇ ਪੂਨਾ ਵਿਖੇ ਜਨਰਲ ਵੈਦਿਆ ਦੀ ਜਾ ਖਬਰ ਲਈ ਇਸੇ ਤਰ੍ਹਾਂ ਨਵੰਬਰ 1984 ਵਾਲੇ ਦਿੱਲੀ ਕਤਲੇਆਮ ਦੇ ਕੁਝ ਦੋਸ਼ੀਆਂ ਨੂੰ ਸੋਧ ਕੇ ਦਿੱਲੀ ਦਾ ਤਖਤ ਹਿਲਾ ਕੇ ਰੱਖ ਦਿੱਤਾ ਸੀ बस फिर दिल्ली दे मालकां नूं उन्ना चिर चैन दी नींद ना आई जिन्ना चिर भाई जिंदे अते भाई सुखे दे गल विच फांसी दा फंदा नहीं पै गया फरवरी 1961 विच पिंड गदली जिला अमृतसर विखे जन्मे भाई हरजिंदर सिंह ने मुढ़ली पढ़ाई अपने पिंडों ही कीती गैरी मंडी तो मैट्रिक अते 12वीं जंडियाला गुरु तो करन उपरंत उदों खालसा कॉलेज अमृतसर विच बीए दूजा साल कर रहे सन जदों जून 1984 वाला घल्लूघारा वापरिया श्री अकाल तख्त साहिब नूं ढह ढेरी करन दे नाल 40 दे लगभग होर गुरु धामां विच कतलेआम मचाई अते बेहुरमती कीती गई पिंडां विच वी सिख गबरूआं नूं जुलम दा निशाना बनाया गया 3 तों 10 जून 1984 दौरान वख वख पिंडां थावां तों सिंघां ते जत्थे ग्रुपां दी शकल विच श्री दरबार साहिब वल चाले पाउंदे सन पर चप्पे चप्पे उत्ते तैनात फौजी जवान इन्हां जत्थियां उपर अन्नेवाह फायरिंग करके अजिहे यतनां नूं नकारा कर दिंदे सन ਭਾਈ ਜਿੰਦਾ ਵੀ ਪੜ੍ਹਾਈ ਛੱਡ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਜਥਿਆਂ ਵਿੱਚ ਸ਼ਾਮਿਲ ਹੁੰਦਾ ਪਰ ਥਾਂ ਥਾਂ ਲੱਗੇ ਫੌਜੀ ਨਾਕੇ ਇਹਨਾਂ ਨੂੰ ਅੱਗੇ ਨਾ ਜਾਣ ਦਿੰਦੇ ਪਰ ਭਾਈ ਜਿੰਦਾ ਨਾ ਰੁਕਿਆ ਉਹ ਆਪਣੇ ਪਿੰਡ ਚਲਾ ਗਿਆ ਇੱਥੇ ਹੀ ਦੋਹਾਂ ਨੇ ਸਿੱਖ ਕੌਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਇਹਨਾਂ ਨੌਜਵਾਨਾਂ ਨੇ ਜਨਰਲ ਵੈਦਿਆ ਨੂੰ ਨਿਸ਼ਾਨਾ ਬਣਾਇਆ ਦੱਸਿਆ ਜਾਂਦਾ ਹੈ ਕਿ ਸੁੱਖਾ ਜਿੰਦਾ ਉਹਦੇ ਤੇ ਹਮਲਾਵਰ ਹੋਏ ਉਸ ਸਮੇਂ ਉਸ ਦੇ ਅੰਗ ਰੱਖਿਅਕ ਵੀ ਨਾਲ ਸਨ ਅਤੇ ਉਸਨੇ ਖੁਦ ਵੀ ਲੋਡਿਡ ਰਿਵਾਲਵਰ ਪਾਇਆ ਹੋਇਆ ਸੀ ਪਰ ਤਦ ਵੀ ਸੁੱਖਾ ਜਿੰਦਾ ਆਪਣੇ ਮਿਸ਼ਨ ਵਿੱਚ ਕਾਮਯਾਬ ਰਹੇ ਅਦਾਲਤੀ ਕਾਰਵਾਈਆਂ ਦੇ ਚਲਦਿਆਂ ਆਖਿਰ 21 ਅਕਤੂਬਰ 1999 ਨੂੰ ਪੂਨਾ ਹਾਈਕੋਰਟ ਦੇ ਜੱਜ ਵੀ ਐਲ ਰੂਈਕਰ ਨੇ ਇਹਨਾਂ ਦੋਹਾਂ ਸੂਰਮਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਦਾਲਤੀ ਅਮਲੇ ਮੁਤਾਬਕ ਦੋਵੇਂ ਸਿੰਘ ਮੁਸਕਰਾ ਕੇ ਜੱਜ ਨੂੰ ਕਹਿਣ ਲੱਗੇ ਇਸ ਖੁਸ਼ੀ ਦੇ ਮੌਕੇ ਅਸੀਂ ਤੁਹਾਨੂੰ ਪਾਰਟੀ ਦੇਣਾ ਚਾਹੁੰਦੇ ਹਾਂ ਸੱਚਮੁੱਚ ਹੀ ਦੋਹਾਂ ਗੱਭਰੂਆਂ ਨੇ ਜੱਜ ਦੇ ਕਮਰੇ ਤੇ ਜੇਲ੍ਹ ਵਿੱਚ ਜਾ ਕੇ ਸਭਨਾਂ ਦਾ ਮੂੰਹ ਮਿੱਠਾ ਕਰਵਾਇਆ ਇਸ ਸਮੇਂ ਬਾਕੀ ਦੇ ਕੈਦੀ ਤਾਂ ਫਾਂਸੀ ਦੀ ਸਜ਼ਾ ਸੁਣ ਕੇ ਦੁਖੀ ਅਤੇ ਗਮਗੀਨ ਹੋ ਗਏ ਪਰ ਭਾਈ ਜਿੰਦਾ ਸੁੱਖਾ ਦੋਵੇਂ ਮੌਤ ਨੂੰ ਮਖੌਲ ਕਰ ਰਹੇ ਸਨ ਫਾਂਸੀ ਤੋਂ ਕੁਝ ਦਿਨ ਪਹਿਲਾਂ ਭਾਈ ਜਿੰਦੇ ਅਤੇ ਸੁੱਖੇ ਨੇ ਆਪਣੇ ਘਰਦਿਆਂ ਨੂੰ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ ਫਾਂਸੀ ਦੇ ਦਿਨ ਵਾਲੀ ਸਵੇਰ ਤੱਕ ਰਾਤ 10 ਤੋਂ 12 ਵਜੇ ਤੱਕ ਆਰਾਮ ਕਰਨਗੇ 12 ਵਜੇ ਇਸ਼ਨਾਨ ਕਰਕੇ 3 ਵਜੇ ਤੱਕ ਪਾਠ ਕਰਨਗੇ ਫਿਰ ਅੰਤਿਮ ਅਰਦਾਸ ਅਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਸ਼ਹੀਦੀ ਪਾ ਜਾਣਗੇ ਜਿਹੜੇ ਸਿਕੰਦਰ ਵਾਂਗ ਜਿੱਤਾਂ ਜਿੱਤਣ ਦੀਆਂ ਉਮੰਗਾਂ ਨਾਲ ਭਰੇ ਹੁੰਦੇ ਨੇ ਉਹਨਾਂ ਲਈ ਹਾਰ ਜਾਂ ਮੌਤ ਦਾ ਕੋਈ ਅਰਥ ਨਹੀਂ ਹੁੰਦਾ ਈਸਾਈ ਮਤ ਦਾ ਮੰਨਣਾ ਹੈ ਕਿ ਸ਼ਹੀਦ ਦਾ ਲਹੂ ਆਜ਼ਾਦੀ ਦੇ ਬੂਟੇ ਦਾ ਬੀਜ ਹੁੰਦਾ ਹੈ ਹਰਿੰਦਰ ਸਿੰਘ ਮਹਿਬੂਬ ਵੀ ਲਿਖਦੇ ਨੇ ਬੇਪਤ ਹੋ ਜੋ ਤੁਰਨਗੇ ਮੁੱਲ ਨਾ ਪਾਵੇ ਕੋ ਪਤ ਗਵਾ ਕੇ ਜੀਣ ਮਰਨ ਜਹੰਨਮ ਟੋ ਸ਼ਾਹਾਂ ਦੇ ਵੱਡ ਕਹਿਰ ਵੀ ਜਿੰਦੇ ਦੇਵਣ ਲਹੂ ਭੁੱਲੇਗਾ ਨਾ ਖਾਲਸਾ ਅੰਮ੍ਰਿਤ ਦੀ ਖੁਸ਼ਬੂ ਧੰਨਵਾਦ